ਤੋਪਾਂ ਨਾਲ ਹਮਲਾ ਹੋਣ ਜਾ ਰਿਹਾ ਸੀ। ਉਹ ਸੂਰਬੀਰ ਮਹਾਬਲੀ ਯੋਧੇ ਮੁੱਠੀ ਘਬਰ ਸੀ, ਮੁੱਠੀ ਘਬਰ। ਉਹਨਾਂ ਨੇ ਈਨ ਨਹੀਂ ਮੰਨੀ, ਉਹਨਾਂ ਨੇ ਈਨ ਨਹੀਂ ਮੰਨੀ। ਕਿਉਂ ਨਹੀਂ ਮੰਨੀ? ਉਹਨਾਂ ਦੇ ਅੰਦਰ ਬਾਣੀ ਸੀ, ਉਹਨਾਂ ਦੇ ਅੰਦਰ ਗੁਰਮੰਤਰ ਦਾ ਜਾਪ ਸੀ, ਉਹਨਾਂ ਦੇ ਅੰਦਰ ਬਾਣੀ ਦਾ ਜਾਪ ਸੀ। ਉਹਨਾਂ ਨੇ ਈਨ ਨਹੀਂ ਮੰਨੀ। ਜੇ ਸਾਡੇ ਅੰਦਰ ਕੋਲਾ ਪਾ ਲਿਆ, ਦਮਾਲਾ ਵੀ ਬੰਨ ਲਿਆ, ਇੱਥੇ ਫਾਰਮੈਲਿਟੀ ਕਰਨਾ ਗਾ, ਗੱਡਗਾ ਖੇਡ ਕੇ ਘਰਾਂ ਨੂੰ ਚੱਲ ਗਏ, ਖਾਲਸਾ ਦੀ ਫਿਰ ਸਾਡੇ ਅੰਦਰ ਉਹ ਜਜ਼ਬਾ ਪੈਦਾ ਨਹੀਂ ਹੋਣਾ ਜੋ ਸਾਡੇ ਵੱਡ ਵਡੇਰਿਆਂ ਦੇ ਵਿੱਚ ਸੀ। ਸਿੱਖਾਂ ਨੂੰ ਖਤਮ ਕੀਤਾ ਜਾ ਰਿਹਾ ਸੀ, ਸਿੱਖਾਂ ਨੂੰ ਖਤਮ ਕੀਤਾ ਜਾ ਰਿਹਾ ਸੀ, ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਜਾ ਰਿਹਾ ਸੀ। ਕਹਿੰਦੇ ਸਿੱਖ ਮੁੱਕ ਗਏ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਉਹ ਦੋ ਨੌਜਵਾਨ ਖਾਲਸਾ ਜੀ ਮੈਦਾਨ 'ਚ ਨਿਤਰੇ ਆਏ, ਉਹ ਮੈਦਾਨ 'ਚ ਨਿਤਰੇ ਆਏ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਖਾਲਸਾ ਜੀ ਉੱਥੇ ਕੰਧੇ ਦੇ ਉੱਤੇ ਨਿਸ਼ਾਨ ਸਾਹਿਬ ਚੜ੍ਹਾਤਾ। ਉਹ ਮੁਗਲ ਆਏ, ਕਹਿੰਦੇ ਇਹ ਕੀ ਆ? ਕਹਿੰਦੇ ਇਹ ਹੈਗਾ ਖਾਲਸੇ ਦਾ ਰਾਜ, ਰਾਜ ਖਾਲਸੇ ਦਾ ਹੋ ਗਿਆ, ਮਸੂਲ ਚਾਹੀਦਾ। ਮਸੂਲ ਕਹਿੰਦੇ ਆ ਟੈਕਸ ਨੂੰ, ਕਹਿੰਦੇ ਰਾਜ ਖਾਲਸੇ ਦਾ ਹੋ ਗਿਆ, ਮਸੂਲ ਦਓ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਦੋਨਾਂ ਨੇ ਖਾਲਸਾ ਜੀ, ਉਹਨਾਂ ਦੇ ਅੰਦਰ ਸਿੱਖੀ ਪ੍ਰਤੀ ਜਜ਼ਬਾ ਸੀ, ਬਾਣੀ ਸੀ, ਉਹ ਐਵੇਂ ਤਰਕ ਨਹੀਂ ਕਰਦੇ ਸੀ। ਅੱਜ ਖਾਲਸਾ ਜੀ ਉੱਠ ਕੇ ਤਰਕ ਕਰਨ ਲੱਗ ਪਿਆ ਗੁਰਬਾਣੀ ਤੇ। ਓ ਸੁਹੇਲਾ
ਜਿਹੜਾ ਨਹੀਂ ਕਦੇ ਵੀ ਹਾਰਦਾ ਜਿਹੜਾ ਨਹੀਂ ਕਦੇ ਵੀ
ਜਿਹੜਾ ਖਾਣਾ ਆ
गर्म रखना है, मगन रखना है, कोड़ा पाई जाना हौली हौली। सो महाराज सच्चे पातशाह कृपा करन, सो नगर कीर्तन अपनी रफ्तार ना हौली हौली जा रहा। सो इस वेले जुबा खड़ी तो भाई बहादुर सिंह जी वो शास्त्र विद्या के छोटी दे गेम खेड के गए ने। सो साडे भैन जी हुणी जुबा खड़ी तो आए ने, वह भी मैदान च बड़ी कृपा हुई जुबा खड़ी से उथे। Thank you.
Thank you.